ਅਪ੍ਰੈਲ ਤੱਕ ਜਿੰਨੇ ਵੀ ਹਾਂਜੀ ਆ ਸਾਰੇ ਹੀ ਦਿਖਾਉਣਾ ਤੁਹਾਨੂੰ, ਜਿੰਨੇ ਵੀ ਲੋਕ ਕੈਨੇਡਾ ਚ ਆਏ ਹੋਆ ਸਾਰੇ ਹੀ ਪੀਆਰ ਕਰ ਦੇਣੇ ਆ, ਠੀਕ ਹੈ ਜੀ। ਸ਼ੇਅਰ ਕਰਿਓ ਵੱਧੋ ਵੱਧ ਖੁਸ਼ੀ ਵਾਲੀ ਗੱਲ ਸਾਰਿਆਂ ਤੱਕ, ਸੋ ਦਿਲ ਨਹੀਂ ਛੱਡਣਾ। ਕਈ ਵੀਰ ਭਰਾ ਇੱਥੇ ਆਇਓ, ਕਈ ਹਾਂਜੀ ਹੈ ਨਹੀਂ, ਕਈ ਲੋਕਾਂ ਕੋਲ ਪੇਪਰ, ਸੋ ਦਿਖਾਉਣੇ ਤੁਹਾਨੂੰ ਸਾਰਾ ਹੀ ਹਾਂਜੀ। ਸੋ ਦੇਖ ਸਕਦੇ ਆ ਦ ਮਿਨਿਸਟਰ ਸੈਡ ਹੀ ਪਲੈਨਸ ਟੂ ਪ੍ਰੈਜੈਂਟ ਪ੍ਰਪੋਜ਼ਲ ਟੂ ਕੈਬਨਿਟ ਇਨ ਦਾ ਸਪਰਿੰਗ। ਸਪਰਿੰਗ ਹੁੰਦੀ ਆ ਮਾਰਚ ਅਪ੍ਰੈਲ, ਠੀਕ ਹੈ ਜੀ, ਉਦੋਂ ਇਹਨਾਂ ਨੇ ਕਰਨਾ ਆ ਤੇ ਕਿਹਨਾਂ ਕਿਹਨਾਂ ਨੂੰ ਪੀ ਆਰ ਕਰਨਾ। ਸੋ ਦੇਖ ਸਕਦੇ ਆ ਸਿਟੀਜ਼ਨਸ਼ਿਪ ਫੋਰ ਹੰਡਰਡਸ ਆਫ ਥਾਊਜ਼ੈਂਡਸ, ਇਹਨਾਂ ਨੂੰ ਸਾਰਾ ਪਤਾ ਵੀ 5 ਤੋਂ 7 ਲੱਖ ਲੋਕ ਕੈਨੇਡਾ ਚ ਇਹੋ ਜਿਹੇ ਆ ਜਿਹਨਾਂ ਕੋਲ ਕੋਈ ਵੀ ਪੇਪਰ ਹੈ ਨਹੀਂ ਗਾ। ਸੋ ਦੇਖ ਸਕਦੇ ਆ ਕੈਨੇਡਾ ਇਲੀਗਲੀ ਜਿਹਨਾਂ ਕੋਲ ਕੋਈ ਪੇਪਰ ਨਹੀਂ, ਪਤਾ ਹੁੰਦਾ ਸਰਕਾਰਾਂ ਨੂੰ ਵੀ ਕਿੰਨੇ ਲੋਕ ਇੱਥੇ ਜਿਹਨਾਂ ਕੋਲ ਕੁਛ ਵੀ ਹੈ ਨਹੀਂ। ਯੈਸ ਹਾਂਜੀ ਦੇਖ ਸਕਦੇ ਆ ਬਈ ਇਹਨਾਂ ਨੂੰ ਪਤਾ ਵੀ ਕੰਮ ਕਰ ਰਹੇ ਕੰਸਟਰਕਸ਼ਨ ਦਾ, ਜੋ ਵੀ ਭਾਰੇ ਕੰਮ ਕਰ ਰਹੇ ਆ ਇੱਥੇ ਉਹਨਾਂ ਕੋਲ ਪੇਪਰ ਹੈ ਨਹੀਂ ਗਾ ਕੋਈ। ਸੋ ਦੇਖ ਸਕਦੇ ਆ ਹਾਂਜੀ ਮਿਲਰ ਸੈਡ ਸਾਰਾ ਦੱਸਦਾ ਬਾਈ ਜੀ, ਕਈਆਂ ਨੂੰ ਸ਼ੱਕ ਆ, ਜੇ ਕਿਸੇ ਨੂੰ ਕੋਈ ਵੀ ਸ਼ੱਕ ਆ ਬਈ ਨਹੀਂ ਜੀ ਇਹ ਸੱਚ ਨਹੀਂ ਹੋ ਸਕਦਾ, ਇਹ ਸੱਚ ਆ, ਇਮੀਗ੍ਰੇਸ਼ਨ ਮੰਤਰੀ ਨੇ ਆਪ ਕਿਹਾ ਆ। ਇਮੀਗ੍ਰੇਸ਼ਨ ਮੰਤਰੀ ਦਾ ਖਾਤਾ ਐਕਸ ਤੇ ਤੁਸੀਂ ਚੈੱਕ ਕਰ ਸਕਦੇ ਸ਼ੋਰ ਕਰਨ ਲਈ ਵੀ ਨਹੀਂ ਯਾਰ ਇੱਦਾਂ ਕਿੱਦਾਂ ਹੋ ਜੂ। ਇੱਦਾਂ ਹੀ ਆ 2 ਸਾਲ ਪਹਿਲਾਂ ਜਸਟਿਨ ਟਰੂਡੋ ਨੇ ਮੈਂਡੇਟ ਲੈਟਰ ਚ ਆਪਣੇ ਇਸ ਮੰਤਰੀ ਨੂੰ ਕਿਹਾ ਸੀ ਵੀ ਜਿੰਨੇ ਵੀ ਲੋਕ ਕੈਨੇਡਾ 'ਚ ਸਾਰੇ ਹੀ ਪੀਆਰ ਕਰੋ। ਦੇਖ ਸਕਦੇ ਆ ਪ੍ਰੋਗਰਾਮ ਦੈਟ ਵੁੱਡ ਅਲਾਓ ਮੈਨੀ ਵਿਦਾਊਟ ਵੈਲਿਡ ਡਾਕੂਮੈਂਟਸ ਟੂ ਅਪਲਾਈ ਫਾਰ ਪੀਆਰ, ਠੀਕ ਹੈ ਜੀ, ਅਮੌਂਗ ਦੋਜ਼ ਇਨਕਲੂਡ ਪੀਪਲ ਹੂ ਐਂਟਰਡ ਕੰਟਰੀ, ਵੀ ਜਿੱਦਾਂ ਮਰਜ਼ੀ ਆਏ ਹੋ ਆ, ਭਾਵੇਂ ਉਹ ਜਾਣੀ ਵੀ ਡੌਂਕੀ ਲਾ ਕੇ ਕੈਨੇਡਾ ਆਏ, ਅਮਰੀਕਾ ਤੋਂ ਕਈ ਲੋਕ ਆਉਂਦੇ ਆ, ਠੀਕ ਹੈ, ਭਾਵੇਂ ਉਹ ਡੌਂਕੀ ਲਾ ਕੇ ਆਏ ਆ, ਭਾਵੇਂ ਟੈਂਪਰੇਰੀ ਹਾਂਜੀ ਪਰਮਿਟ ਤੇ ਆਏ ਆ, ਭਾਵੇਂ ਸਟੱਡੀ ਤੇ ਆਏ ਆ, ਠੀਕ ਹੈ ਜੀ। ਹੁਣ ਇੱਥੇ ਕਈ ਸਟੱਡੀ ਛੱਡ ਦਿੰਦੇ ਆ, ਸਾਰਾ ਕੁਝ ਛੱਡ ਦਿੰਦੇ ਆ, ਤੇ ਜਿਹੜੇ ਸਟੱਡੀ ਵਾਲੇ ਰਿਫਿਊਜੀ ਲਾਉਂਦੇ ਉਹ ਵੀ ਤੁਹਾਨੂੰ ਦਿਖਾਉਣਾ ਉਹ ਕਿੱਦਾਂ, ਐਂਡ ਦੈਨ ਰਿਮੇਨਡ ਹੇਅਰ ਆਫਟਰ ਦੇਅਰ ਵੀਜ਼ਾ ਐਕਸਪਾਇਰਡ। ਸੋ ਕਿਸੇ ਵੀ ਤਰ੍ਹਾਂ ਤੁਸੀਂ ਪਹੁੰਚੇ ਆ ਕੈਨੇਡਾ 'ਚ, ਕੈਨੇਡਾ 'ਚ ਪਹੁੰਚੇ ਚਾਹੀਦੇ ਆ, ਸੋ ਤੁਹਾਨੂੰ ਇਹਨਾਂ ਨੇ ਪੀ ਆਰ ਕਰ ਦੇਣਾ ਹੁਣ, ਠੀਕ ਹੈ ਜੀ। ਤੇ ਜਿਹੜਾ ਰੌਲਾ ਪਿਆ ਆ ਇੰਡੀਆ 'ਚ ਵੀ 23 ਲੱਖ ਸਟੱਡੀ ਵਾਲਾ ਵਿੱਚੋਂ 5 ਲੱਖ ਪੰਜਾਬੀ ਮਰ ਗਏ, ਲੁੱਟ ਗਏ, ਮੁੜੇ ਆਉਣੇ ਆ 31 ਤਰੀਕ ਨੂੰ, ਇੱਦਾਂ ਹੋ ਜਾਣਾ, ਉਹ ਸਾਰਾ ਕੁਝ ਗੱਪਾਂ ਹੀ ਆ। ਪੀਜ ਹਾਂਜੀ ਪੋਸਟ ਗ੍ਰੈਜੂਏਟ ਵਰਕ ਪਰਮਿਟ PGWP ਜਿਹਨੂੰ ਕਹਿੰਦੇ ਆ, ਉਹ ਭਾਈ ਜੀ ਉਹਦਾ ਕੀ ਚੱਕਰ ਆ, ਤੁਹਾਨੂੰ ਇਹ ਦੱਸਾਂ ਜਿਹੜਾ ਕੈਨੇਡਾ 'ਚ ਆ ਗਿਆ ਮੁੜਦਾ ਨਹੀਂ ਕੋਈ ਵੀ, ਠੀਕ ਆ। ਸੋ ਉਹ ਸਾਰੀਆਂ ਗੱਪਾਂ ਆ। ਸੋ ਮਿਸਟਰ ਮਿਲਰ ਆ ਇਮੀਗ੍ਰੇਸ਼ਨ ਮੰਤਰੀ ਦਾ ਨਾਂ, ਸੋ ਦੇਖ ਸਕਦੇ ਆ ਹਾਂਜੀ, ਸੋ ਦੇਖ ਸਕਦੇ ਆ। ਸੋ ਭਾਈ ਜਿਹਨਾਂ ਕੋਈ ਪੇਪਰ ਹੈ ਨਹੀਂ ਉਹ ਪੀ ਆਰ ਕਰਨੇ ਆ ਹਾਂਜੀ, ਪਰ ਇੱਕ ਸ਼ਰਤ ਆਈ 'ਚ, ਇੱਕ ਸ਼ਰਤ ਇਹ ਵੀ ਆ ਮਿਸਟਰ ਮਿਲਰ ਦੈਟ ਨੋਟ ਆਲ ਦੋਜ਼ ਵੀ ਕੌਣ ਨਹੀਂ ਅਪਲਾਈ ਕਰ ਸਕਦਾ ਜਿਹੜੇ ਹੁਣੇ ਹੀ ਆਏ ਆ, ਜਿਹੜੇ ਹੁਣੇ ਹੀ ਕੈਨੇਡਾ 'ਚ ਆਏ ਆ, ਮਹੀਨਾ ਹੋਇਆ 2 ਮਹੀਨੇ ਹੋਏ, ਹੂ ਅਰਾਈਵਡ ਰੀਸੈਂਟਲੀ। ਇਹ ਨਹੀਂ ਵੀ ਤੁਸੀਂ ਪਿਛਲੇ ਵੀਕ ਕੈਨੇਡਾ ਆ ਗਏ ਤੇ ਤੁਸੀਂ ਇਹ ਗੱਲ ਉਹ ਕਰ ਲਈ ਤੇ ਤੁਹਾਨੂੰ ਵੀ ਤੁਸੀਂ ਵੀ ਆਪਣੇ ਸਾਰਾ ਪਾਸਪੋਰਟ ਜਾਂ ਕੁਛ ਵੀ ਪੇਪਰ ਤੁਸੀਂ ਸਾਰੇ ਪਾੜ ਦਿਓ ਜਾਂ ਅੱਗ ਲਾ ਦਿਓ ਵੀ ਤੁਹਾਨੂੰ ਵੀ ਪੀ ਆਰ ਹੋ ਜਾਣਾ, ਨਾ ਇੱਦਾਂ ਨਹੀਂ, ਪਹਿਲੇ ਰਹਿੰਦੇ ਹੋਣੇ ਚਾਹੀਦੇ ਆ। ਸੋ ਦੇਖ ਸਕਦੇ ਆ ਇਨਕਲੂਡਿੰਗ ਦੋਸ ਹੂ ਹੈਵ ਅਰਾਈਵਡ ਰੀਸੈਂਟਲੀ, ਜਿਹੜੇ ਹੁਣੇ ਹੀ ਆਏ ਆ ਉਹਨਾਂ ਨੂੰ ਨਹੀਂ ਪੀ ਆਰ ਕਰਨਾ ਵੀ ਤੁਹਾਨੂੰ ਵੀ ਕਰ ਦੂੰਗੇ ਵੀ ਭਾਈ ਤੁਹਾਡੇ ਕੋਲ ਕੋਈ ਪੇਪਰ ਹੀ ਹੈ ਨਹੀਂ ਗਾ, ਇੱਦਾਂ ਨਹੀਂ ਬਾਈ ਜੀ, ਠੀਕ ਹੈ ਜੀ। ਸੋ ਜਿਹੜੇ 1 ਸਾਲ ਹੋ ਗਿਆ 2 ਸਾਲ ਹੋ ਗਏ, ਹੁਣ ਮੈਂ ਭਾਈ ਜੀ ਮੈਂ ਦੱਸੂੰ ਆਪਣੇ ਬਾਰੇ ਵੀ, ਮੇਰੇ ਵੀ ਪੇਪਰ ਕਿੱਦਾਂ ਕੀ ਹੋ ਗਿਆ ਸੀ, ਮੈਂ ਵੀ ਇਹਨਾਂ ਹਾਲਾਂ 'ਚੋਂ ਲੰਘਿਆ ਆ, ਮੇਰਾ ਸੱਚ ਮੈਂ ਤੁਹਾਨੂੰ ਸਾਰਾ ਦੱਸੂ ਕਿਸੇ ਦਿਨ। ਸੋ ਮੈਨੂੰ ਪਤਾ ਕੀ ਹਾਲ ਹੁੰਦਾ ਜਦੋਂ ਬੰਦੇ ਨੂੰ ਕੁਛ ਹੁੰਦਾ ਨਹੀਂ ਕੋਲ, ਇਹਨੇ ਰਾਈ ਦੀਦਾ ਚਾਰੇ ਪਾਸੇ, ਠੀਕ ਹੈ ਜੀ। ਤੇ ਬਾਕੀ ਆਪਣੇ ਜਿਹੜੇ ਸਟੱਡੀ ਤੇ ਆਉਂਦੇ ਔਰ ਰਿਫਿਊਜੀ ਕਿੰਨਾ ਲਾਈ ਜਾਂਦੇ ਆ ਉਹ ਤੁਹਾਨੂੰ ਦਿਖਾਉਂਦੇ ਆ। ਸੋ ਉਹ ਵੀ ਜਿਹੜੇ ਸਟੱਡੀ ਤੇ ਆਉਂਦੇ ਆ ਰਿਫਿਊਜੀ ਆ, ਦੇਖ ਲਓ
ਪਹਿਲਾਂ ਤਾਂ ਇਹਨਾਂ ਦਾ ਮੇਰੇ ਮੂੰਹੋਂ ਸੁਣਦੇ ਆ ਆ ਵੀਡੀਓ ਸਾਰੇ ਪੰਜਾਬੀਆਂ ਦੇ ਫੋਨ ਚ ਪਹੁੰਚਾਇਓ, ਲੋਕਾਂ ਦੇ ਨਿਆਣਿਆਂ ਦੇ ਮਾਪੇ ਐਵੇਂ ਹੀ ਡਰਾ ਦਿੰਦੇ, 23 ਲੱਖ ਲੋਕਾਂ ਨੂੰ ਡਿਪੋਰਟ ਕਰੇਗਾ ਕੈਨੇਡਾ, ਵਿਦੇ ਚੋ 5 ਲੱਖ ਪੰਜਾਬੀ ਆ। ਉਹ ਕੁੱਲ ਤਾਂ ਭਰਾਵੋ ਇੱਥੇ ਕੁੱਲ ਪਤਾ ਕਿੰਨੇ ਆ ਸਟੱਡੀ ਵਾਲੇ? ਕੁੱਲ ਹੈਗੇ 8 ਲੱਖ। 8 ਲੱਖ ਆ ਕੁੱਲ ਸਟੱਡੀ ਵਾਲੇ ਸਾਰੇ ਦੇਸ਼ਾਂ ਦੇ। ਇਹ ਕਿਹੜਾ 23 ਲੱਖ ਕੱਢੀ ਜਾਂਦੇ ਆ ਯਾਰ, ਕੋਲੋਂ ਹੀ ਡਾਟਾ ਲਾ ਕੇ ਗੱਪਾਂ ਮਾਰਦੇ ਰਹਿੰਦੇ ਆ, ਲੋਕਾਂ ਨੂੰ ਡਰਾਉਂਦੇ ਰਹਿੰਦੇ ਆ। ਹੈ ਪਹਿਲਾਂ 5,67,000 ਸੀ, ਹੁਣ 8 ਲੱਖ ਆ, 8-9 ਲੱਖ ਆ ਇੱਥੇ ਸਟੱਡੀ ਵੀਜ਼ੇ ਵਾਲੇ, ਪੂਰੇ ਮੁੰਡੇ ਕੁੜੀਆਂ ਸਾਰੇ ਕੈਨੇਡਾ 'ਚ ਸਾਰਿਆਂ ਦੇਸ਼ਾਂ ਦੇ। ਇਹ ਕਿੱਦਾਂ ਕਹੀ ਜਾਂਦੇ ਆ ਵੀ ਪੰਜਾਬੀ 5 ਲੱਖ ਮੁੰਡੇ ਕੁੜੀਆਂ ਡਿਪੋਰਟ ਹੋ ਸਕਦਾ ਆ 31 ਤਰੀਕ ਤੋਂ ਬਾਅਦ, ਉਹਨਾਂ ਦਾ ਪਰਮਿਟ ਨਹੀਂ ਇੱਦਾਂ ਹੋਣਾ ਉੱਦਾਂ ਹੋਣਾ? ਉਹ ਭਰਾਵੋ ਜਿਹੜਾ ਕੈਨੇਡਾ ਆ ਗਿਆ ਉਹ ਨਹੀਂ ਮੁੜਦਾ, ਉਹਨੂੰ ਨਹੀਂ ਡਿਪੋਰਟ ਕਰਦੇ, ਇਹ ਦੇਸ਼ ਚੰਗਾ ਇਹ ਨਹੀਂ ਕਰਦੇ ਗੁਰਦੇ, ਠੀਕ ਆ? ਜੇ ਤੁਸੀਂ ਲੜਾਈ ਕਰੋਗੇ ਕੋਈ ਔਰਤ ਦੀ ਕੋਈ ਗੱਲਬਾਤ ਹੋਊ ਫੇਰ ਹੋਊਗਾ। ਸੋ ਦੇਖ ਲਓ 8,07,000 ਤੋਂ ਕੁੱਲ ਸਟੱਡੀ ਵਾਲੇ ਇੰਨੇ ਆ। ਉਹ ਵਿਊ ਲੈਣ ਦੇ ਮਾਰੇ ਯਾਰ ਲੋਕਾਂ ਨੂੰ ਐਵੇਂ ਡਰਾਉਂਦੇ ਰਹਿੰਦੇ, 23 ਲੱਖ ਹੋਊਗਾ ਜੀ 31 ਤਰੀਕ ਤੋਂ ਬਾਅਦ, ਮਾਪਿਆਂ ਨੂੰ ਪਈ ਚਿੰਤਾ, 5 ਲੱਖ ਮੁੰਡੇ ਕੁੜੀਆਂ ਡਿਪੋਰਟ ਹੋ ਸਕਦੇ ਪੰਜਾਬੀ, ਕੁੱਲ ਤਾਂ 8 ਲੱਖ ਆ। ਸੋ ਇਹਦੇ 'ਚ ਇਹ ਨਹੀਂ ਦੱਸਿਆ ਆ ਵੀ ਜਿਹੜੇ ਹੁਣ ਆ ਸਟੱਡੀ ਵੀਜ਼ੇ 'ਤੇ ਮੁੰਡੇ ਕੁੜੀਆਂ ਹੁਣ ਜਿਹੜੇ ਆਉਂਦੇ ਆ ਰਿਫਿਊਜੀ ਕਾਫੀ ਲਾਈ ਜਾਂਦੇ ਆ। ਸੋ ਦੇਖ ਸਕਦੇ ਆ ਪਿਛਲੇ ਸਾਲਾਂ 'ਚ 1800 ਸੀ ਅਤੇ ਹੁਣ 4800, ਪਿਛਲੇ 5 ਸਾਲਾਂ 'ਚ 15,935 ਸਟੱਡੀ ਵੀਜ਼ੇ ਵਾਲੇ ਮੁੰਡੇ ਕੁੜੀਆਂ ਨੇ ਰਿਫਿਊਜੀ ਕੇਸ ਲਾਇਆ। ਸਰਕਾਰਾਂ ਕੋਲ ਸਾਰਾ ਹੀ ਕੁਛ ਹੁੰਦਾ ਆ, ਸਾਰਾ ਹੀ ਕੁਛ ਹੁੰਦਾ ਇਹਨਾਂ ਕੋਲ ਵੀ ਕੌਣ ਕੀ ਕਰਦਾ ਪਿਆ ਆ, ਠੀਕ ਹੈ ਨਾ? ਸੋ ਭਾਈ ਜੀ ਦੋ ਗੱਲਾਂ ਆ। ਸੋ ਆਹ ਤੋਂ ਡਰ ਤੁਸੀਂ ਮਨ 'ਚੋਂ ਕੱਢ ਦਿਓ ਵੀ 31 ਤਰੀਕ ਤੋਂ ਬਾਅਦ ਜਿਹਨਾਂ ਦਾ ਪਰਮਿਟ ਐਕਸਪਾਇਰ ਆ, ਆਹ ਕਿਹੜੇ ਕਿਹੜੇ ਕਾਲਜਾਂ 'ਚ ਮੁੰਡੇ ਕੁੜੀਆਂ ਜ਼ਿਆਦਾ ਰਿਫਿਊਜੀ ਲਾਉਂਦੇ, ਸਾਰਾ ਡਾਟਾ ਇਹਨਾਂ ਕੋਲ। ਸੋ ਦੇਖ ਸਕਦੇ ਹਾਂ ਪਹਿਲੇ 'ਤੇ ਆ ਨਿਆਗਰਾ ਕਾਲਜ। ਸੋ ਤੁਸੀਂ ਵੀ ਦੱਸਿਓ ਤੁਹਾਡਾ ਜੇ ਪੁੱਤ ਜਾਂ ਧੀ ਕੈਨੇਡਾ 'ਚ ਕਿਹੜੇ ਕਾਲਜ 'ਚ ਆ ਕਮੈਂਟਾਂ 'ਚ ਦੱਸਿਓ। ਸੋ ਆਹ ਸਾਰਾ ਦੱਸਿਆ ਆ ਵੀ 18 ਤੋਂ ਲੈ ਕੇ 22 ਤੱਕ ਕਿਹੜੇ ਕਾਲਜਾਂ ਦੇ ਮੁੰਡੇ ਕੁੜੀਆਂ ਨੇ ਰਿਫਿਊਜੀ ਸਭ ਤੋਂ ਜ਼ਿਆਦਾ ਲਾਇਆ, ਆ ਯੂਨੀਵਰਸਿਟੀਆਂ ਵੀ ਆ 2 ਆ ਦੇਖ ਸਕਦੇ ਹਾਂ। ਸੋ ਇਹਨਾਂ ਕੋਲ ਸਾਰਾ ਹੀ ਡਾਟਾ ਹੁੰਦਾ ਆ। ਫਿਰ ਮੈਂ ਗੱਲ ਕਹਿ ਦਵਾਂ ਡਰ ਵਾਲੀ ਕੋਈ ਲੋੜ ਨਹੀਂ ਗੀ ਵੀ ਜਿਹਨਾਂ ਦਾ 31 ਤਰੀਕ ਤੋਂ ਪਿੱਛੋਂ ਪਰਮਿਟ ਐਕਸਪਾਇਰ ਹੋ ਰਿਹਾ ਕੋਈ ਡਿਪੋਰਟ ਨਹੀਂ ਹੋਣਾ, ਕੁਛ ਨਹੀਂ ਹੋਣਾ। ਮੈਂ ਇੱਥੇ ਜਾਣਦਾ ਬੰਦੇ ਬਾਈ ਜੀ 12-12, 15-15 ਸਾਲ ਹੋ ਗਏ ਇੱਦਾਂ ਹੀ ਰਹੀ ਜਾਂਦੇ ਆ, ਕੋਈ ਪੇਪਰ ਨਹੀਂ ਗਾ। ਹਾਂਜੀ, ਸੋ ਇੱਥੇ ਐਡਾ ਦਾ ਕੋਈ ਗੱਲਬਾਤ ਹੈ ਨਹੀਂ ਗੀ, ਇੰਨੀ ਸਖਤਾਈ ਹੈ ਨਹੀਂ ਜਿੱਦਾਂ UK 'ਚ ਲਾ ਲਓ ਜਾਂ ਹੋਰ ਦੇਸ਼ਾਂ 'ਚ ਪੁਲਿਸ ਕੰਮਾਂ 'ਤੇ ਜਾ ਕੇ ਦੇਖਦੀ ਹੁੰਦੀ, ਇੱਦਾਂ ਦਾ ਹੈ ਨਹੀਂ ਆ। ਦੇਖ ਲਓ ਇਹਨਾਂ ਕਾਲਜਾਂ ਦੇ ਮੁੰਡੇ ਕੁੜੀਆਂ ਨੇ ਸਭ ਤੋਂ ਵੱਧ ਰਿਫਿਊਜੀ ਲਾਇਆ, ਠੀਕ ਹੈ ਜੀ? ਸੋ ਬਾਕੀ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਤੌਰ 'ਤੇ ਵੀ ਦੇਖਿਆ ਕਰੋ। ਅਤੇ ਬਾਕੀ ਆ ਜਿਹੜੀ ਗੱਲ ਹੋਈ ਆ 2022-23 'ਚ, ਹੁਣ ਇਹ ਆ ਰਿਹਾ ਵੀ ਜਿਹੜੇ ਪੰਜਾਬੀ ਮੁੰਡੇ ਕੁੜੀਆਂ ਉਹਨਾਂ ਦਾ ਸਟੱਡੀ ਲਈ ਕੈਨੇਡਾ, ਸਟੱਡੀ ਲਈ ਤਾਂ ਵੈਸੇ ਸਾਰਿਆਂ ਨੂੰ ਪਤਾ ਕੌਣ ਆਉਂਦਾ, ਸਟੱਡੀ ਲਈ ਕੈਨੇਡਾ ਆਉਣ ਦਾ ਜਿਹੜਾ ਥੋੜ੍ਹਾ ਹੋ ਗਿਆ ਆ 2022-23 'ਚ, ਇੰਡੀਆ ਦਾ ਆ ਪੂਰਾ 2022-23'ਚ 42,000 ਤੋਂ ਵੱਧ ਨੇ ਲਾਇਆ ਸੀ, 23-23'ਚ 22,000। ਸੋ ਦੇਖ ਲਓ 20,000 ਮੁੰਡੇ ਕੁੜੀਆਂ ਇੰਡੀਆ ਦੇ, ਇੰਡੀਆ ਨੇ ਲਿਖਿਆ ਆ ਵਿੱਚੋਂ, ਹੁਣ ਲਾ ਲਓ ਪੰਜਾਬੀ ਕਿੰਨੇ ਜਾਂ ਦੂਜੇ ਕਿੰਨੇ, ਵੀ 2022-23'ਚ ਕਿੰਨੇ ਹਜ਼ਾਰ ਕੈਨੇਡਾ ਆਇਆ ਸੀ ਅਤੇ 22-23'ਚ ਕਿੰਨੇ ਹਜ਼ਾਰ ਸੀ, 23-23'ਚ ਕਿੰਨੇ ਥੋੜ੍ਹੇ ਰਹਿ ਗਏ ਆ, ਇਹਦਾ ਕਾਰਨ ਕੀ ਆ ਹੁਣ ਪਤਾ ਨਹੀਂ ਬਾਈ ਜੀ, ਸਾਨੂੰ ਨਹੀਂ ਪਤਾ। ਸੋ ਬਾਕੀ ਇੱਕ ਹੋਰ ਵੀਡੀਓ ਸਾਹਮਣੇ ਆਈ, ਹਾਏ ਸਾਡਾ 38 ਲੱਖ ਖਾ ਗਈ, ਉਹ ਇਹਦਾ ਖਾਈ ਜਾਣੀ ਹੈ ਇਹ। ਹਾਂਜੀ, ਹੋਰ ਤੁਹਾਨੂੰ ਦਿਖਾਉਣਾ ਬਾਈ ਜੀ। ਸੋ ਇਹ ਵੀਡੀਓ ਸਾਰੇ ਪਾਸੇ ਸ਼ੇਅਰ ਕਰਿਓ ਬਾਈ। ਹਾਂਜੀ, ਸੋ ਆਪਣਾ ਖਾਤਾ ਸਭ ਤੋਂ ਪਹਿਲਾਂ ਤਾਂ ਫੋਲੋ ਕਰੋ ਤਾਂ ਜੋ ਸੱਚ ਆ। ਫੋਟੋ ਇੱਕ ਹੋਰ ਦਿਖਾਉਣਾ ਤਾਂ ਜੋ ਸੱਚ ਤੁਹਾਡੇ ਤੱਕ ਪਹੁੰਚੇ, ਆਪਾਂ ਵਿਊ ਲੈਣ ਦੇ ਲਈ ਝੂਠ ਨਹੀਂ, 23 ਲੱਖ ਹੋਜੂ ਡਿਪੋਰਟ ਹੋਜੂ, ਮਰ ਗਏ ਲੁੱਟ ਗਏ, ਹਾਂਜੀ ਆਪਾਂ ਸੱਚ ਤੁਹਾਡੇ ਤੱਕ ਪਹੁੰਚਾਈਦਾ। ਆ ਜਿਹੜੀ ਗੱਲ ਮੈਂ ਦੱਸ ਰਿਹਾ, ਹਾਂ ਤੁਹਾਨੂੰ ਝੂਠੀ ਲੱਗ ਸਕਦੀ ਆ, ਨਹੀਂ ਯਕੀਨ ਕਿਸੇ ਨੂੰ ਆਉਣਾ ਵੀ ਇੱਦਾਂ ਕਿੱਦਾਂ ਸਾਰੇ ਕੈਨੇਡਾ ਦੇ ਲੋਕ ਪੱਕੇ ਕਰ ਦੇਣੇ, ਇਹ ਸੱਚ ਆ। ਅੱਜ ਤੋਂ 2 ਸਾਲ ਪਹਿਲਾਂ ਟਰੂਡੋ ਜੀ ਨੇ ਪੱਤਰ ਲਿਖਿਆ ਸੀ ਆਪਣੇ ਮੰਤਰੀ ਨੂੰ, ਇਹ ਸੱਚ ਆ।
ਸੋ ਤੁਹਾਡੇ ਫਾਇਦੇ ਲਈ ਮੈਂ ਇੱਕ ਕੰਮ ਕੀਤਾ ਆ, ਜੇ ਕਿਸੇ ਨੂੰ ਕੋਈ ਵੀ ਸ਼ੱਕ ਸ਼ਿਕਵਾ ਵੀ ਇਹਦੇ ਵਿੱਚ ਰੱਤੀ ਭਰ ਵੀ ਝੂਠੀ ਗੱਲ ਆ, ਹਾਂਜੀ ਤੁਹਾਨੂੰ ਪਤਾ ਪੂਰੀ ਤਰ੍ਹਾਂ ਮੈਂ ਸ਼ੋਰ ਕਰਕੇ ਕਈ ਜਗ੍ਹਾ ਤੋਂ ਸਾਰਾ ਕੁਛ ਫੇਕ ਗੱਲ ਪਹੁੰਚਾਉਂਦਾ ਹੁੰਦਾ ਆ ਵੀ ਲੋਕ ਕਹਿਣ ਨਾ ਵੀ ਭਾਈ ਇੰਦਰਜੀਤ ਸਿੰਘ ਤੂੰ ਵੀ ਯਾਰ ਵਿਊ ਲੈਣ ਲਈ ਝੂਠ ਕਹਿਣ ਲੱਗ ਪਿਆ ਨਾ। ਸੋ ਦੇਖ ਸਕਦੇ ਆ ਮੇਰਾ ਵਟਸਐਪ ਗਰੁੱਪ ਆ, 4300 ਲੋਕਾਂ ਨੇ ਫੋਲੋ ਕੀਤਾ, ਇਹ 'ਚ ਲਿੰਕ ਪਾ ਦਿੱਤਾ ਆ, ਆਹ ਹੈਗੇ ਜੀ ਇਮੀਗ੍ਰੇਸ਼ਨ ਮੰਤਰੀ ਤੇ ਇਹਨਾਂ ਦੀ ਸਾਰੀ ਗੱਲਬਾਤ ਤੁਸੀਂ ਆਪਣੇ ਤੌਰ ਤੇ ਵੀ ਕਰ ਲਿਓ, ਕੈਨੇਡਾ ਟੂ ਕ੍ਰੀਏਟ ਸਿਟੀਜ਼ਨਸ਼ਿਪ ਫੋਰ ਅਨਡਾਕੂਮੈਂਟਡ। ਸੋ ਦੇਖ ਸਕਦੇ ਆ ਇਹਨਾਂ ਦਾ ਸਪੈਸ਼ਲ ਤੁਸੀਂ ਸਾਰੇ ਕੁਛ, ਬਾਕੀ ਜਿਹੜੀਆਂ ਗੱਲਾਂ ਮੈਂ ਨਹੀਂ ਦੱਸੀਆਂ ਇਹ ਵਟਸਐਪ ਗਰੁੱਪ ਤੇ ਤੁਸੀਂ ਫੋਲੋ ਕਰ ਲਿਓ। ਸੋ ਚੱਲਦੀ ਵੀਡੀਓ ਤੋਂ ਪਹਿਲਾਂ ਹੀ ਮੈਂ ਬਾਈ ਜੀ ਲਿੰਕ ਪਾ ਦਿੱਤੇ ਆ, ਅਸੋ ਦੇਖ ਸਕਦੇ ਹਾਂ ਵੀਡੀਓ ਚੱਲਦੀ ਆ ਨਾ, ਪਾ ਦਿੱਤਾ ਨਾ ਹਿੰਦੀ ਜਸਵਾਲ ਚੈਨਲ, ਇਸੇ ਕਰਕੇ ਸਾਰੇ ਫੋਲੋ ਕਰ ਲਓ ਮੇਰਾ ਇਹ ਗਰੁੱਪ, ਲਿੰਕ ਪਾ ਦਿੱਤੇ ਆ ਦੋਨਾਂ ਖਾਤਿਆਂ ਤੇ। ਸੋ ਵੱਧੋ ਵੱਧ ਇਹ ਵੀਡੀਓ ਸਾਰੇ ਪੰਜਾਬੀਆਂ ਦੇ ਫੋਨ 'ਚ ਪਹੁੰਚਾਓ, ਅਤੇ ਹੋਰ ਆਸਟ੍ਰੇਲੀਆ ਨੇ ਕੀ ਸਖਤਾਈ ਕੀਤੀ, ਯੂਕੇ ਨੇ ਕੀ ਸਖਤਾਈ ਕੀਤੀ, ਉਹ ਵੀ ਸਾਰਾ ਕੁਛ ਦੱਸਾਂਗੇ। ਸੋ ਲਿੰਕ ਮੈਂ ਚੱਲਦੀ ਵੀਡੀਓ 'ਚ ਹੀ ਪਾ ਦਿੱਤੇ, ਆ ਜਾਓ ਸਾਰੇ ਵਟਸਐਪ 'ਤੇ ਅਤੇ ਸਾਰਿਆਂ ਤੱਕ ਪਹੁੰਚਾਇਓ, ਜਿਨ੍ਹਾਂ ਦੇ ਧੀ ਜਾਂ ਪੁੱਤ ਕੈਨੇਡਾ 'ਚ ਆਇਓ ਆ, ਜਿਨ੍ਹਾਂ ਦਾ 31 ਤਰੀਕ ਨੂੰ ਜੇ ਐਕਸਪਾਇਰ ਵੀ ਹੁੰਦਾ, ਡਰ ਵਾਲੀ ਕੋਈ ਲੋੜ ਨਹੀਂ, ਹੋਰ ਬਹੁਤ ਤਰੀਕੇ ਹੁੰਦੇ ਆ। ਸੋ ਪੰਜਾਬੀ ਮੀਡੀਆ ਨੂੰ ਨਾ ਸੁਣਿਆ ਕਰੋ।